ਇੱਕ ਤਾਂ ਇਹਨੂੰ ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਲੋਕ ਜੁੜ ਸਕਣੇ। ਤੇ ਕਿਉਂ ਇਹ ਆਪਾਂ ਚਲਾਇਆ ਨੀ ਹਜੇ, ਇੰਨਾ ਮੈਨੂੰ ਤਾਂ ਹਿਸਾਬ ਵੀ ਨੀ ਹੈਗਾ ਇਹਨਾਂ ਦਾ ਯਾਰ। ਫੇਸਬੁੱਕ ਤੇ ਆਪਾਂ ਲਾਈਵ ਹੋਣਾ ਸ਼ੁਰੂ ਕਰਿਆ ਸੀ ਤਾਂ ਉਹ ਤੋਂ ਬਾਈ ਸੁੱਖ ਜਗਰਾਓ ਵੀ ਡਾਹਤਾ, ਮੈਂ ਵੀ ਬੈਨ ਕਰਤਾ ਵੀ ਇਹਨਾਂ ਦੀ ਆਵਾਜ਼ ਨਾ ਪਹੁੰਚੇ। ਆਪਾਂ ਭਾਨੇ ਸਿੱਧੂ ਵਾਸਤੇ ਵੱਡਾ ਇਕੱਠ ਰੱਖਿਆ ਟੀਮ ਨੇ ਸਾਰੀ 29 ਤਰੀਕ ਨੂੰ, ਹੋਣਾ ਬਾਈ ਜੀ? ਬਿਲਕੁਲ ਬਿਲਕੁਲ, 29 ਤਰੀਕ ਨੂੰ ਹੁਣ ਭਾਨੇ ਦੇ ਪਿੰਡ ਵੱਡਾ ਇਕੱਠ ਰੱਖਿਆ ਗਿਆ। ਕਿਉਂ ਰੱਖਿਆ ਗਿਆ? ਤੁਸੀਂ ਸਾਰਿਆਂ ਨੇ ਉਸ ਦਿਨ ਦੇਖ ਲਿਆ ਜਿਸ ਦਿਨ ਅਸੀਂ ਲੁਧਿਆਣੇ ਸੀ, ਕੀ ਹੋਇਆ, ਕਿੱਦਾਂ ਭਾਨੇ ਨੂੰ ਫੜ ਕੇ ਸਿਰ ਤੋਂ ਨੱਪ ਕੇ ਗੱਡੀ 'ਚ ਸੁੱਟਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ, ਸਿੱਟਿਆ ਗਿਆ ਹੈ, ਤੇ ਉਹਦੇ ਨਾਲ ਤਸ਼ੱਦਦ ਵੀ ਹੋਇਆ ਯਾਰ। ਇਸ ਤਸ਼ੱਦਦ ਇਦੋਂ ਪਹਿਲਾਂ ਝੋਟਾ ਵੀ ਝੱਲ ਸੁੱਕਿਆ, ਝੋਟਾ ਆਪਦੀ ਜਵਾਨੀ ਵੀ ਤੁਹਾਨੂੰ ਦੱਸੂਗਾ। ਝੋਟੇ ਤੇਰੇ ਨਾਲ ਕੀ ਹੋਇਆ ਸੀ ਬਾਈ? ਇੱਕ ਤਾਂ ਇਹਨੂੰ ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਲੋਕ ਜੁੜ ਸਕਣੇ। ਤੇ ਕਿਉਂ ਇਹ ਆਪਾਂ ਚਲਾਇਆ ਨੀ ਹਜੇ, ਇੰਨਾ ਮੈਨੂੰ ਤਾਂ ਹਿਸਾਬ ਵੀ ਨੀ ਹੈਗਾ ਇਹਨਾਂ ਦਾ ਯਾਰ। ਫੇਸਬੁੱਕ ਤੇ ਆਪਾਂ ਲਾਈਵ ਹੋਣਾ ਸ਼ੁਰੂ ਕਰਿਆ ਸੀ ਤਾਂ ਉਹ ਤੋਂ ਬਾਈ ਸੁੱਖ ਜਗਰਾਓ ਵੀ ਡਾਹਤਾ, ਮੈਂ ਵੀ ਬੈਨ ਕਰਤਾ ਵੀ ਇਹਨਾਂ ਦੀ ਆਵਾਜ਼ ਨਾ ਪਹੁੰਚੇ। ਆਪਾਂ ਭਾਨੇ ਸਿੱਧੂ ਵਾਸਤੇ ਵੱਡਾ ਇਕੱਠ ਰੱਖਿਆ ਟੀਮ ਨੇ ਸਾਰੀ 29 ਤਰੀਕ ਨੂੰ, ਹੋਣਾ ਬਾਈ ਜੀ? ਬਿਲਕੁਲ ਬਿਲਕੁਲ ਹਾਂ, ਉਸ ਤੇ ਕਿਉਂਕਿ ਬਹੁਤ ਵੱਡਾ ਤਸ਼ੱਦਦ ਹੋ ਰਿਹਾ, ਬਹੁਤ ਜ਼ੁਲਮ ਹੋ ਰਿਹਾ ਬਾਈ। ਜਿੰਨੇ ਇੰਸਟਾਗ੍ਰਾਮ ਦੇਖ ਰਹੇ ਹੋ ਜਾਂ ਫੇਸਬੁੱਕ ਦੇਖ ਰਹੇ ਹੋ, ਸਾਰੇ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ 29 ਤੇ ਪਹੁੰਚੋ। ਬਹੁਤ ਹੀ ਜ਼ਿਆਦਾ ਜ਼ੁਲਮ ਹੋ ਰਿਹਾ, ਮਾਰਿਆ ਕੁੱਟਿਆ ਗਿਆ, ਜਿਹੜੇ ਵੀਰ ਮਿਲ ਕੇ ਰਹੇ ਆ ਆਪਣਾ ਸੁੱਖ ਵੀ ਦੱਸੂਗਾ। ਮੈਂ ਇਹ ਖੁਦ ਸੱਦਰ ਝੱਲਿਆ ਯਾਰ, ਆਪਦੇ ਹੱਡੀ ਝੱਲਿਆ। 2 ਮਹੀਨੇ 3 ਮਹੀਨੇ ਪਹਿਲਾਂ ਮੇਰੇ ਖਾਤਰ ਸਾਰਾ ਪੰਜਾਬ ਲੜਿਆ, ਮੈਂ ਧੰਨਵਾਦੀ ਹਾਂ ਪੰਜਾਬ ਦਾ। ਮੈਂ ਕਹਿਣਾ ਹੁਣ ਆਪਣੇ ਵੀਰਾਂ ਲਈ ਤੁਸੀਂ ਵੀ ਲੜੋ, ਕੱਲ ਨੂੰ ਫੇਰ ਮੇਰੇ ਤੇ ਜ਼ੁਲਮ ਹੁੰਦਾ ਜਾਂ ਭਾਨੇ ਤੇ ਹੁੰਦਾ, ਕਿਸੇ ਵੀ ਵੀਰ ਤੇ ਜੋ ਬੋਲਦਾ ਸੁੱਖ ਜਗਰਾਓ ਤੇ ਹੁੰਦਾ, ਰਾਜ ਖਾਲਸੇ ਤੇ ਕਿਸੇ ਤੇ ਵੀ, ਕਿਉਂਕਿ ਕੁਛ ਕੁ ਲੋਕ ਕੌਲੀ ਚੱਕ ਟੈਪਦੇ ਨੇ ਕਿ ਉਹ ਨਿੰਦਿਆ ਕਰਦੇ ਨੇ ਇਸ ਕੰਮ ਦੀ। ਇੰਨਾ ਠੰਡਾ ਮੌਸਮ ਹੈ, ਬਗੈਰ ਗੱਲ ਤੋਂ 10,000 ਦੇ ਪਰਚੇ ਚ ਇਹੋ ਜਿਹਾ ਸਲੂਕ ਕਰਨਾ ਮੇਰੇ ਨਾਲ ਖੁਦ ਨਾਲ ਹੋਇਆ। ਮੇਰਾ ਰਿਮਾਂਡ ਲੈ ਕੇ, ਮੇਰਾ ਡਾਕਟਰੀ ਮੁਆਇਨਾ ਕਰਾ ਕੇ, ਉਦੋਂ ਬਾਅਦ ਮੇਰੇ ਉਰੇ ਮੁੱਕੇ ਮਾਰੇ ਗਏ, ਮੇਰੇ ਘਰੇ ਕੰਧਾਂ ਟੱਪ ਕੇ ਆਏ ਘਰ ਦੀਆਂ, ਮੇਰੇ ਬੱਚਿਆਂ ਨੂੰ ਡਰਾਇਆ ਗਿਆ। ਚਲੋ ਹੁਣ ਭਾਨੇ ਤੇ ਜਿਵੇਂ ਦੱਸ ਰਹੇ ਆ ਵੀ ਠੰਡਾ ਪਾਣੀ ਪਾਇਆ ਗਿਆ ਜਾਂ ਨੰਗਾ ਬਿਠਾ ਕੇ, ਜਾਂ ਇੱਕ ਦੋ ਬੰਦੇ ਕਹਿ ਰਹੇ ਸੀ ਕੋਲੇ ਖੜ ਕੇ ਘਟਾਇਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੋਈ ਇਹ ਬਹਾਦਰੀ ਥੋੜੀ ਆ ਕਿਸੇ ਨੀ ਬਾਈ? ਜੇ ਤੁਸੀਂ ਕੋਲੇ ਖੜ ਕੇ ਘਟਾਇਆ, ਤੁਸੀਂ ਤਾਂ ਫਿਰ ਉਹੀ ਉਹਨਾਂ ਦੇ ਹੀ ਵਾਰਸ ਹੋ ਗਏ, ਰੰਗਜੇਬ ਦੇ। ਨਾ ਝੋਟੇ, ਉਹ ਤਾਂ ਯਾਰ ਉਹ ਤਾਂ ਪੁਲਿਸ ਦੇ ਅਫਸਰਾਂ ਨੂੰ ਚਾਹੀਦਾ ਯਾਰ, ਇੱਕ ਆਮ ਬੰਦਾ, ਇੱਕ ਬੰਦਾ ਕਿਵੇਂ ਕਹਿ ਦੂ ਮੈਂ ਕੋਲੇ ਖੜ ਕੇ ਗਿਆ, ਇਹਦਾ ਮਤਲਬ ਪੁਲਿਸ ਅਫਸਰਾਂ ਦੀ ਨਾਕਾਮੀ ਹੈ ਯਾਰ। ਪੂਰੀ ਸਾਡੀ ਟੀਮ ਨੂੰ ਬੇਨਤੀ ਹੈ ਭਾਨੇ ਦੇ ਪਰਿਵਾਰ ਨੂੰ ਮਿਲ ਕੇ ਪਰਚਾ ਪਵਾਵਾਂਗੇ ਆਪਾਂ ਉਹ ਬੰਦੇ ਦਾ, ਕਹਿੰਦਾ ਮੈਂ ਕੋਲੇ ਖੜ ਕੇ ਕਟਵਾਇਆਗਾ, ਕਿਉਂਕਿ ਉਹਦਾ ਲਾਈਵ ਰਿਕਾਰਡ ਕਰਿਆ ਹੋਇਆਗਾ ਵੀ ਉਹ ਕੋਲੇ ਅਫਸਰਾਂ ਜੱਜ ਦੇ ਲਾਵਾਂਗੇ ਆਪਾਂ ਵੀ ਇਹ ਰਿੱਟ ਵੀ ਕੋਲੇ, ਕਹਿੰਦਾ ਮੈਂ ਕੋਲੇ ਖੜ ਕੇ ਕਟਵਾਇਆ ਹੈ। ਮੈਨੂੰ ਸਮਝ ਨਹੀਂ ਆਉਂਦੀ ਜਿਹੜੇ ਪੁਲਿਸ ਅਫਸਰ ਸਾਹਿਬਾਨ ਨੇ ਉਹ ਕਿਉਂ ਨੀ, ਉਹ ਕਿਉਂ ਸੁਣ ਰਹੇ ਨੇ, ਉਹਨਾਂ ਕੋਲੇ ਫੋਨ ਨੇ, ਕਿਉਂ ਨੀ ਕਾਰਵਾਈ ਹੋ ਰਹੀ? ਐਡੇ ਕਿੱਡੇ ਕਹੋ ਸੈਂਟਰ ਦੇ ਬੰਦੇ ਹੋ ਗਏ, ਐਡੇ ਕਿੱਡੇ ਉਹਨਾਂ ਨੂੰ ਤੁਸੀਂ ਇੱਦਾਂ ਕਹੀ ਜਾਂਦੇ ਹੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਗਾਲਾਂ ਕੱਢਦੇ ਨੇ, ਐ ਕਰਤਾ ਜੇ ਕਰ ਦੋ, ਬਲਾਨਾ ਕਰ ਦੋ, ਤੇ ਭਾਨੇ ਨੇ ਤਾਂ ਏਜੰਟ ਤੇ ਉਹ ਪੈਸੇ ਦਵਾਏ। ਤੁਸੀਂ ਕਹਿੰਦੇ 10,000, 10,000 ਦੀ ਝੋਟੇ ਉਹਦੇ ਘਰੇ ਬੁੱਧਵਾਰ ਨੂੰ ਚਾਹ ਖੰਡ ਲੱਗ ਜਾਂਦੀ ਹੋਊਗੀ, ਜਿੰਨੀ ਸੰਗਤ ਉਹਦੇ ਕੋਲ ਘਰੇ। ਆ ਬੰਦੇ ਨੇ ਆਪਣੇ ਭਰਾ ਫਤਿਹ ਬੁਲਾ ਦੋ, ਕਹਿ ਦੋ ਗੱਜ ਵੱਜ ਕੇ ਮਜ਼ਦੂਰ ਆ ਬਾਈ ਵੀ, ਭਾਨੇ ਸਿੱਧੂ ਤੇਰੇ ਨਾਲ ਹੈ, ਉਹਦੇ ਦਿਹਾੜੀਆਂ ਛੱਡ ਕੇ ਜਾਵਾਂ, ਕਹਿ ਦੇਣ ਕੋਟ ਦਿੰਦੇ ਆਵਾਂਗੇ ਸਰ, 29 ਤਰੀਕ ਨੂੰ ਕੋਟ ਦਿੰਦੇ, ਕੋਈ ਗੱਲ ਨੀ ਆਪਾਂ ਫੋਟੋ ਮੇਰੇ ਕੋਲ ਘਰੇ ਆ ਜਾਓ, ਕੰਮ ਕਰ ਲਓ ਪਹਿਲਾਂ, ਦਿਹਾੜੀ ਕਰ ਲਓ, ਥੱਤੋਂ ਨਾ ਡਿੱਗ ਜਾਓ। ਐ ਲੋਕ ਪਿਆਰ ਕਰਦੇ ਨੇ, ਗਰੀਬ ਮਜ਼ਦੂਰ ਲੋਕ ਦੇਖ ਆਪਣੇ ਬੰਦਿਆਂ ਨੂੰ। ਸਹੀ 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 ਲਾਈਵ ਕਾ, ਹਾਂ 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 ਹਾਂ, ਹੁਣ ਗੱਲ ਹੈਗੀ ਐ। ਦੇਖੋ ਉਹ 102 ਡਿਗਰੀ ਉਹਨੂੰ ਬੁਖਾਰ ਸੀਗਾ ਭਾਨੇ ਨੇ, ਬਾਹਰ ਬਿਠਾਇਆ ਗਿਆ, ਆ ਬਾਹਰ ਆਪਾਂ ਅੰਦਰ ਬੈਠਾ, ਮੈਂ ਬਾਹਰ ਬੰਦਾ ਤੇ ਅੰਦਰ ਵੀ ਕਾਂਬਾ ਲੱਗ ਰਿਹਾ, ਇੰਨੀ ਠੰਡ ਆ, ਤੇ ਉਹਨੂੰ ਇੰਨੀ ਠੰਡ ਦੇ ਵਿੱਚ ਬਾਹਰ ਬਿਠਾਇਆ ਗਿਆ ਯਾਰ, ਇਹ ਕਿੱਡਾ ਕੁ ਤਸ਼ੱਦਦ ਆ ਯਾਰ, ਕਿੱਡਾ ਕੁ ਕ੍ਰਿਮੀਨਲ ਆ ਯਾਰ, ਕੀ ਉਹ ਉਹਨੇ ਕਿਹੜੇ ਬੰਦੇ ਮਾਰੇ ਮੈਨੂੰ ਦੱਸ ਤਾਂ ਦਿਓ ਯਾਰ। ਉਹੀ ਤਾਂ ਗੱਲ ਹੈ,
ਬਾਈ ਆਪਾਂ ਦੋਨੇ ਜੇ ਬੰਦਿਆਂ ਨੂੰ ਵੀ ਲਾਈਵ ਚਲਾਵਾਂਗੇ, ਪਹਿਲਾਂ ਆਪਾਂ ਸੁੱਖ ਜਗਰਾਓ ਵੀਰ ਨਾਲ ਗੱਲ ਕਰ ਲਈਏ, ਤੁਸੀਂ ਉਹਨੂੰ ਚੱਲਦੇ ਚੱਲਦੇ ਨੂੰ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਬੰਦੇ ਜੁੜ ਜਾਣ, ਫੇਸਬੁੱਕਾਂ ਤੇ ਵੀ ਪਾ ਦਿਓ, ਕਿਉਂ ਮੈਨੂੰ ਇਹਦਾ ਇੰਨਾ ਹਿਸਾਬ ਨਹੀਂ ਹੈਗਾ ਯਾਰ, ਪਹਿਲੀ ਵਾਰ ਲਾਈਵ ਹੋਇਆ ਮੈਂ ਇੰਸਟਾ ਤੇ, ਮਸਾਂ ਕਿਸ ਤੋਂ ਪੁੱਛ ਕੇ ਹੋਇਆ, ਫੇਸਬੁੱਕਾਂ ਤੇ ਸਾਨੂੰ ਬੈਨ ਕਰਤਾ ਕਿਉਂਕਿ ਇਹਨਾਂ ਦੀ ਆਈਟੀ ਸੈੱਲ ਹੈ ਹਨਾ, ਨਾ ਹੀ ਹੁਣ ਮੈਨੂੰ ਮੇਰਾ ਸੁੱਖ ਜਗਰਾਓ ਦਾ ਮੇਰਾ ਇਕੱਲੇ ਦਾ ਮੂੰਹ ਆਈ ਜਾਂਦਾ ਸੁੱਖ ਜਗਰਾਓ ਦਾ, ਮੈਨੂੰ ਦੀਦਾ ਨੀ, ਨਹੀਂ ਨਹੀਂ ਮੈਨੂੰ ਦੇਖ ਰਿਹਾ ਸਾਰਾ, ਮੈਨੂੰ ਤੇਰੇ ਜਿੰਨੇ ਆ ਸਾਰੇ ਦੇਖ ਰਹੇ ਆ ਜਿਹੜੇ ਤੂੰ ਮਜ਼ਦੂਰ ਵੀਰ ਦਿਖਾਏ ਆਪਣੇ, ਤੁਸੀਂ ਤੁਸੀਂ ਕੈਮਰੇ ਤੇ ਨਾਲ ਹੋ ਮੇਰੇ, ਮੈਂ ਕੈਮਰੇ ਦੇ ਨਾਲ ਬਿਲਕੁਲ, ਮੇਰੇ ਤੇ ਦੋਨੇ ਪਾਸੇ ਦੋਨੇ ਸ਼ੋਅ ਹੋ ਰਹੇ, ਚੱਲ ਇੱਥੋਂ ਤਾਂ ਨਹੀਂ ਕਰ ਸਕਦੇ ਤਾਂ ਇੰਸਟਾ ਤਾਂ ਰੀਅਲ ਚੀਜ਼ ਆ, ਇਹਨਾਂ ਦੇ ਹੱਥ 'ਚ ਹੈ ਨਹੀਂ ਅਜੇ ਇੰਨਾ। ਅੱਛਾ ਬਾਈ ਸੁੱਖ ਜਗਰਾਓ ਜਿਹੜਾ ਉਹ ਮਾਰ ਕੁੱਟ ਹੋਈ ਆ ਭਾਨੇ ਦੀ, ਤੁਸੀਂ ਉਹਨੂੰ ਮਿਲ ਕੇ ਆਏ ਹੋ ਹਨਾ, ਉਹ ਸੱਚੋ ਯਾਰ ਸੱਚਿਓ ਠੰਡਾ ਪਾਣੀ ਪਾਇਆ, ਸੱਚਿਓ ਇਹੋ ਜਿਹਾ ਕੁਛ ਕਰੇਗਾ, ਕੁੱਟਮਾਰ ਹੋਈ ਹੈ ਜਿਵੇਂ ਉਹ ਬੰਦਾ ਕਹਿ ਰਿਹਾ ਫੇਸਬੁੱਕ ਤੇ ਆਪਦੀ ਜਵਾਨੀ, ਇੱਕ ਗੰਦ ਕਿਸਮ ਦਾ ਬੰਦਾ। ਬਿਲਕੁਲ ਯਾਰ ਇਹ ਦੇਖੋ ਨੀ, ਉਹ ਤਾਂ ਉਹਦੀ ਗੱਲ ਯਾਰ ਛੱਡੋ, ਜਿਹੜਾ ਉੱਥੇ ਮੈਨੂੰ ਇਹ ਨੀ ਸਮਝ ਆਉਂਦੀ ਕਹਿਣਾ ਵੀ ਮੈਨੂੰ ਲਾਈਵ ਦਿਖਾਓ, ਇਹਦੀ ਬੈਕ ਤੇ ਇਹਦੀ ਢੂਹੀ ਤੇ ਮੈਨੂੰ ਚੱਪਲਾਂ ਮਾਰਦੇ ਡੰਡੇ ਮਾਰਦੇ ਦਿਖਾਓ ਤੁਸੀਂ, ਜਾਂ ਵੀਡੀਓ ਬਣਾ ਕੇ ਅਫਸਰਾਂ ਨੇ ਜੋ ਭੇਜਿਆ, ਜੋ ਉੱਥੇ ਗੱਲ ਨਿਕਲ ਕੇ ਸਾਹਮਣੇ ਆਈ ਆ ਸਾਰੀ, ਇੱਕ ਬਹੁਤ ਵੱਡਾ ਇਹ ਮੈਂ ਇਹ ਸਮਝਣਾ, ਜਿਹੜੀਆਂ ਮਨੁੱਖੀ ਜਿਹੜੀਆਂ ਤਸ਼ੱਦਦ ਨੂੰ ਅਣਮਨੁੱਖੀ ਤਸ਼ੱਦਦ ਨੂੰ ਰੋਕਦੀਆਂ ਨੇ ਜਿਹੜੀਆਂ ਉਹ ਜਥੇਬੰਦੀਆਂ, ਉਹ ਕਿੱਥੇ ਨੇ ਯਾਰ, ਉਹ ਕਿਉਂ ਨੀ ਐਡਾ ਤਸ਼ੱਦਦ ਹੋਇਆ ਭਾਨੇ ਤੇ, ਕਿਉਂ ਨੀ ਬੋਲ ਰਹੇ ਯਾਰ ਬਰਫ ਵਾਲਾ ਪਾਣੀ ਪਾਉਣਾ ਆ ਮਾਘ ਦੇ ਵਿੱਚ। ਇਹ ਪਾਨੇ ਸਿੱਧੂ ਨੇ ਆਪਦੀ ਜ਼ਬਾਨੀ ਦੱਸਿਆ ਵੀ ਐ ਲਾਈਵ ਹੋ ਕਰੀ, ਮੈਨੂੰ ਵੀਡੀਓ ਕਾਲ ਹੈ ਹੋਰ ਹੋ, ਮੈਨੂੰ ਨੀ ਉਹਨੂੰ ਥੋੜਾ ਕਰੀ ਤੇ, ਹਾਂ ਵੀ ਕਹਿ ਰਿਹਾ ਸੀ ਵੀ ਆ ਚੀਜ਼ ਲੈ ਕੇ, ਪੁਲਿਸ ਵਾਲਿਆਂ ਨੂੰ ਸੀਐਮ ਮੌਜੂਦਾ ਭਗਵੰਤ ਮਾਨ ਨੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਮੈਨੂੰ ਕੁੜਦੇ ਨੂੰ ਦਿਖਾਓ, ਮੈਨੂੰ ਦਿਖਾਓ ਹਾਂ, ਜਾਂ ਵੀਡੀਓ ਬਣਾ ਕੇ ਭੇਜੋ ਕੁਛ ਵੀ ਜਿਵੇਂ ਵੀ ਹੈ, ਤੇ ਜਿਹੜਾ ਵੱਡੀ ਗੱਲ ਪੁਲਿਸ ਵਾਲਾ ਵੀਡੀਓ ਬਣਾਉਂਦਾ ਸੀ ਉਹਨੂੰ ਸ਼ਰਮ ਆਉਣੀ ਚਾਹੀਦੀ ਸੀ ਯਾਰ, ਉਹ ਅਗਲਾ ਅਫਸਰ ਹੁਣ ਪੁਲਿਸ ਵਾਲਿਆਂ ਦਾ ਕੀ ਹੈ, ਹੁਣ ਉਹ ਤਾਂ ਕਹਿੰਦੇ ਜਿਹਦੇ ਹੀ ਸਰਕਾਰ ਉਹਦੇ ਉਹ ਭਾਈ ਉਹਦੇ ਕਹਿਣ ਤੇ ਚੱਲਣਾ ਪੁਲਿਸ ਨੇ ਤਾਂ, ਚਲੋ ਜਿੱਦੇ ਮੈਨੂੰ ਚੱਕਿਆ ਪੁਲਿਸ ਨੇ ਨਾਲ ਇਹੋ ਜਿਹਾ ਕੁਛ ਕਰਿਆ, ਮੇਰੇ ਮੂਹਰੇ ਲਾਈਵ ਹੋਵੇ ਮੈਂ ਕਹਿਣਾ ਮੇਰੀ ਸੁਣੇ ਵੀਡੀਓ, ਮੈਨੂੰ ਚੱਕਵਾ ਕੇ ਕਟਵਾਈ ਤੇ ਮੇਰੇ ਮੂਹਰੇ ਲਾਈਵ ਹੋਈ, ਮੈਂ ਚੱਲਦੇ ਲਾਈਵ ਚ ਹੀ ਹਾਰ ਪਾਊਂਗਾ, ਬਹੁਤ ਮਾੜੀ ਗੱਲ ਹੈ ਯਾਰ, ਜ਼ੁਲਮ ਹੈ ਨੀ ਠੰਡ ਜਿਹਾ ਜਿਹਾ ਕੁਛ ਕਰਨਾ, ਲੋਕ ਜਿਹਨਾਂ ਲੋਕਾਂ ਦੇ ਉਹਨੇ ਲੱਖਾਂ ਕਰੋੜਾਂ ਰੁਪਈਏ ਮੰਡਵਾ ਤੇ, ਉਹਨਾਂ ਉਹਨੇ ਕਿਸ ਤੋਂ ਪੰਜੀ ਨੀ ਲਈ, ਉਹੀ ਬੰਦੇ ਇਕੱਠ ਕਰਨ ਦਾ ਬਹੁਤ ਵੱਡਾ ਤੇ ਭਾਰੀ ਇਕੱਠ ਹੋ ਗਈ, ਰੌਲਾ ਨਾ ਹੁਣ ਉਹ ਬੰਦੇ ਆਉਣੇ ਚਾਹੀਦੇ ਆ ਨਾ ਜਿਹਨਾਂ ਦੇ ਕੰਮ ਕਰਵਾਇਆ, ਉਹ ਕਿਉਂ ਨੀ ਆ ਰਹੇ ਯਾਰ, ਆ ਰਹੇ ਨੇ ਕਹਿੰਦੇ ਥੋੜੇ ਥੋੜੇ ਕਰਕੇ ਆ ਰਹੇ ਨੇ, ਬਾਕੀ ਭਾਈ ਸਰਕਾਰਾਂ ਪਾਵਰਫੁੱਲ ਵਾਲੀਆਂ ਨੇ, ਸਰਕਾਰਾਂ ਨਾਲ ਲੜਨਾ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦਾ ਫਰਜ਼ ਹੈ, ਆਪਣਾ ਫਰਜ਼ ਹੈ, ਸ਼ੁਰੂ ਤੋਂ ਜ਼ਾਲਮ ਜੋ ਸਰਕਾਰ ਹੁੰਦਾ ਜੋ ਮੰਨ ਲੈ ਸਰਕਾਰ ਤੇ ਬਹਿ ਗਿਆ, ਕੁਰਸੀ ਤੇ ਬਹਿ ਗਿਆ, ਬਿਰਾਜਮਾਨਾ ਗੱਦੀ ਤੇ, ਇਹ ਪਾਵਰਫੁੱਲ ਹੋ ਜਾਂਦਾ, ਇਹ ਨਸ਼ਾ ਦੇ ਛੱਤੇ ਚ ਚੂਰ ਹੋ ਜਾਂਦਾ ਤੇ ਇਹ ਜ਼ੁਲਮ ਕਰਦਾ ਲੋਕਾਂ ਤੇ ਫਿਰ। ਬਿਲਕੁਲ 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 ਸਹੀ ਗੱਲ ਹੈ ਤੇਰੀ, ਚਲੋ ਹੁਣ ਆਪਾਂ ਵੱਡੇ ਨਸ਼ੇ ਦੇ ਬੋਲਦੇ ਥੋੜਾ ਜਿਹਾ ਤੇਰੇ ਏਰੀਏ ਚ, ਕਿੰਨਾ ਕੁ ਨਸ਼ਾ, ਕੀ ਗੱਲਬਾਤ ਹੈ, ਕਿਵੇਂ ਨਸ਼ੇ ਦੀ ਸੁਣ ਲਓ, ਸਰਕਾਰ ਕਹਿੰਦੀ ਸੀ ਅਸੀਂ 4 ਦਿਨਾਂ ਚ ਨਸ਼ਾ ਬੰਦ ਕਰ ਦਾਂਗੇ, ਚਿੱਟੇ ਨੇ ਪੰਜਾਬ ਦੇ ਹਾਲਾਤ ਕੀ ਕਰਤੇ, ਪੰਜਾਬ ਦੇ ਨੌਜਵਾਨ ਬੱਚੇ ਪੈਦਾ ਕਰਨ ਯੋਗ ਨਹੀਂ ਰਹੇ, ਚਿੱਟੇ ਨੇ ਸਾਡੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਦੇ ਸੁਹਾਗ ਉਜਾੜਤੇ, ਮਾਵਾਂ ਦੇ ਪੁੱਤ ਉਜਾੜਤੇ, ਇਸ ਲਈ ਆ ਜਿਹੜਾ ਦੂਜਾ ਚੱਲਦਾ ਜਿਹੜਾ ਆਹ ਝੋਟੇ ਦੀ ਫੜਦੇ ਨੇ ਕੈਪਸੂਲ ਗੋਲੀਆਂ ਜੀਆਂ, ਇਹ ਤਾਂ ਸ਼ਰੇਆਮ ਜਿਵੇਂ ਆਪਾਂ ਕਹਿ ਲਈਏ ਤੋਹਫੀਆਂ ਮਿਲਦੀਆਂ ਹੁੰਦੀਆਂ ਏਦਾਂ ਮਿਲੀ ਜਾਂਦਾ, ਹੁਣ ਤਾਂ ਸਰਕਾਰ ਵੀ ਦਿੰਦੀ ਹੈ, ਸਾਡੇ ਇੱਥੇ ਜਗਰਾਮੀ ਲੁਧਿਆਣੇ ਇਹਨਾਂ ਨੇ ਆ ਰੀਹੈਬਿਲੀਟੇਸ਼ਨ ਸੈਂਟਰ ਖੋਲ੍ਹੇ ਨੇ, ਉਹ ਜੀਭ ਵਾਲੀ ਗੋਲੀ ਦਿੰਦੇ ਨੇ, ਉਹ ਕਿੰਨੀ ਜ਼ਿਆਦਾ ਖਤਰਨਾਕ ਹੈ। ਹਾਂ ਹਾਂ ਬਈ ਸਹੀ ਗੱਲ ਹੈ ਤੇਰੀ, 1 ਲੱਖ ਰੁਪਏ ਦੀ ਗੱਲ ਹੈ, ਤੇ ਸੱਪ ਦਾ ਚਿੱਟਾ ਵੀ ਫੜਦੇ ਅਗਲ ਕੀ ਕਰੀਏ ਵੀ, ਪਾਵਰਫੁੱਲ ਵਾਲੇ ਉਹਨਾਂ ਤੋਂ ਪੈਸੇ ਲੈ ਕੇ ਆਪਣੇ ਖਿਲਾਫ ਹੀ ਸਿਆਸਤਾਂ ਕਰਦੇ ਨੇ, ਮੈਂ ਕੱਲ ਪਰਸੋਂ ਦੇ ਚਿੱਟਾ ਮਾਰੀਆਂ, ਉਹ ਬਲੈਕੀਆ ਫੜ ਕੇ ਪੜਾ ਫੜਵਾਇਆ, ਸਾਰਾ ਪਿੰਡ ਉਹਦੇ ਖਿਲਾਫ ਗਿਆ, ਉਹ ਬੈਠਾ ਕੋਰਟ ਪਾਈ ਸੀ ਤਰਿੰਦਰ, ਕੋਈ ਉਹ ਤੇ ਹੋਰ ਕਾਰਵਾਈ ਹੋ ਰਹੀ, 4 ਦਿਨਾਂ ਨੂੰ ਉਹ ਬਾਹਰ।
ਹੁਣ ਆਹੀ ਦੁੱਖ ਆ, ਤੁਸੀਂ ਭਾਨੇ ਨੂੰ ਫੜਿਆ, ਤੁਸੀਂ ਚਿੱਟੇ ਵਾਲਿਆਂ ਨੂੰ ਕਿਉਂ ਨੀ ਫੜਦੇ? ਜਿਹੜੇ ਬੰਦਿਆਂ ਦੇ ਕਾਰਨ ਮੈਂ ਅੰਦਰ ਲਾ ਕੇ ਉਹ ਸ਼ਰੇਆਮ ਨਸ਼ਾ ਫਿਰ ਵੇਚੀ ਜਾਂਦੇ, ਉਹਨਾਂ ਦੇ ਕੋਈ ਪਰਚੇ ਨੀ ਹੋਏ। ਮੈਂ 2 ਮਹੀਨੇ ਲਾਇਆ ਆ ਨਾ, OSD ਕਹਿ ਕੇ ਗਿਆ ਸੀ ਵੀ ਪਰਚੇ ਖਤਮ ਕਰਾਂਗੇ, ਨਾ ਹੀ ਪਰਚੇ ਖਤਮ ਕਰੇ ਗਏ ਨੇ ਕੋਈ, ਉਹ ਪਰਚੇ ਪਏ ਉਹ ਵੀ ਚੱਲੀ ਜਾਂਦੇ ਨੇ, ਪੁਰਾਣੇ ਵੀ ਉਹ ਨਵੇਂ ਹੀ ਪਾ ਦੇ ਹੋਰ। ਕੋਈ ਨੀ ਛੋਟੇ, 12 ਨਾ 24 ਘੰਟਿਆਂ ਬਾਅਦ ਸਮਾਂ ਬਦਲ ਜਾਂਦਾ ਹੈ, ਸਮਾਂ ਬਦਲਦਾ ਰਹਿਣਾ, ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਇਹ ਗੱਲ ਨੋਟ ਕਰ ਲਓ। ਰੂੜੀ ਵੀ ਸੁਣੀ ਜਾਂਦੀ ਆ, ਪਰ ਯਾਰ ਕੀ ਕਰੀਏ, ਜ਼ਾਲਮ ਤੇ ਜਾਬਰ ਹੋ ਜਾਂਦੇ ਆ ਬੰਦੇ ਕੁਰਸੀਆਂ ਦੇ ਲਾਲਚ, ਸੱਤੇ ਦੇ ਨਸ਼ੇ ਚ। ਮਾਲਕ ਅਕਾਲ ਪੁਰਖ ਤੇ ਬਸ ਡੋਰੀ ਰੱਖੋ, ਸਭ ਕੁਛ ਲੋਟ ਹੋ ਜੂ, ਪਰਚੇ ਪੁਰਚੇ ਕੋਈ ਵੱਡੀ ਗੱਲ ਨਹੀਂ। ਆਪਣੇ ਲੋਕਾਂ ਨੂੰ ਵੀ ਸਿਰ ਸਿੱਟ ਕੇ ਗਾਈਆਂ ਵਾਂਗੂ, ਬੱਚਿਆਂ ਵਾਂਗੂ ਐ ਨੀਵੀਂ ਪਾ ਕੇ ਆਓ ਵੀ ਅਮਰੀਕੀ ਬੱਚੇ ਆਪਣੇ ਤੇ ਕੁਛ ਵੀ ਜ਼ੁਲਮ ਕਰੀ ਜਾਣ, ਸਿਰ ਚੱਕ ਕੇ ਤੁਰੋ ਤਾਹਾਂ ਨੂੰ ਆਸੇ ਪਾਸੇ ਦੇਖ ਕੇ ਜ਼ੁਲਮ ਹੁੰਦਾ, ਹਰੇਕ ਜ਼ੁਲਮ ਖਿਲਾਫ਼ ਬੋਲੋ, ਫੇਰ ਗੱਲ ਆਉਂਦੀ ਹੈ, ਫੇਰ ਸਵਾਲ ਹੈ। ਪੰਜਾਬੀ ਮਰਦਾਂ ਦੀ ਕੌਮ ਹੈ, ਹਰੇਕ ਪੰਜਾਬੀ ਮਰਦ ਆ, ਬਸ ਆਏ ਕਹਿ ਦਿੰਦੇ ਨੇ ਬਾਲੇ ਤੈਂ ਕੀ ਲੈਣਾ, ਮਾਂ ਪਿਓ ਕਹਿੰਦੇ ਤੈਂ ਕੀ ਲੈਣਾ, ਜਾਂ ਆਪਾਂ ਆਪ ਕਹਿੰਦੇ ਰਾ ਇੱਥੇ ਮੇਰੇ ਬਾਹਰ ਚ ਮੰਨ ਲੈ, ਆਹ ਮੇਰਾ ਬਾਹਰ ਹੈ ਸਾਹਮਣੇ, ਇੱਥੇ ਰੋਡ ਡਿੱਗੇ ਪਏ, ਹੁਣ ਮੇਰੇ ਬਾਹਰ ਚ ਇੰਨਾ ਗੰਦ ਹੁੰਦਾ ਸਵੇਰੇ ਸਵੇਰੇ, ਕਿਉਂ ਸ਼ਹਿਰ ਦੇ ਵਿਚਾਲੇ ਇੰਨਾ ਕੂਲ ਲਿਪਾਂ ਪੁੜੀਆਂ ਜਰਦੇ ਟੀਕੇ ਪੰਨੀਆਂ, ਮੈਂ ਸਾਰਾ ਆਪਦੇ ਹੱਥੀ ਚੱਕ ਕੇ ਸਿੱਟ ਦਿੰਦਾ ਇਕੱਠਾ ਕਰਕੇ। ਉਹ ਰਿਹਾ ਤੁਹਾਨੂੰ ਮੈਂ ਦਿਖਾਉਣਾ, ਏਡਾ ਢੇਰ ਲਾਇਆ ਹੋਇਆ ਇਕੱਠਾ ਰੋਜ਼ ਕਰਦਾ, ਜੇ ਮੈਂ ਹੁਣ ਦੇਖੀ ਜਾਵਾਂ ਕੋਈ ਹੋਰ ਚੱਕੂ ਆ ਕੇ ਜਾਂ ਹਿੱਸ ਖਿਲਾ, ਆਹ ਦੇਖ ਇਹ ਉਹ ਦਿੰਦਾ ਥੱਲੇ ਪਿਆ, ਉਹ ਸਾਰਾ ਮੈਂ ਆਪਦੇ ਇਕੱਠਾ ਕਰਦਾ ਜਰਦਾ ਬੀੜੀਆਂ ਕੂਲ ਲਿਪਾਂ, ਉਹ ਹੁਣ ਬਾਈ ਮੈਂ ਦੇਖੀ ਜਾਵਾਂ ਵੀ ਕੋਈ ਸਰਕਾਰ ਉਹਨੇ ਚ ਮੇਰਾ ਬੱਚਾ ਚੱਕ ਕੇ ਮੂੰਹ ਚ ਪਾ ਜੇ, ਟੀਕਾ ਵੱਜੇ ਸਰਿੰਜ, ਕੋਈ ਬਿਮਾਰੀ ਲੱਗ ਜੇ, ਕਿਉਂ ਸ਼ਹਿਰ ਦਾ ਮੇਨ ਏਰੀਆ, ਤਾਂ ਫਿਰ ਆਪਾਂ ਲੋਕ ਆਪ ਵੀ ਕੁਛ ਕਰੀਏ ਯਾਰ। ਬਿਲਕੁਲ ਸਹੀ ਗੱਲ ਹੈ, ਸਾਡੀ ਫਰਜ਼ ਬਣਦਾ, ਲੋਕਾਂ ਨੂੰ ਜਾਗਣਾ ਪਊਗਾ। ਦੇਖੋ ਅਸੀਂ ਜਦੋਂ ਇਹਨਾਂ ਦੇ ਡੰਗ ਚੱਕ ਕੇ ਮਗਰ ਪਵਾਂਗੇ, ਜਾਂ ਆਪਾਂ ਕਹਿ ਲਈਏ ਇਹਨਾਂ ਦਾ ਵਿਰੋਧ ਕਰਾਂਗੇ, ਤਾਂ ਸ਼ਾਇਦ ਤੁਹਾਡੇ ਬੱਚੇ ਬਚ ਜਾਣ। ਇਹ ਨਾ ਸੋਚੋ ਵੀ ਅੱਗ 10 ਕਿਲੋਮੀਟਰ ਦੂਰ ਲੱਗੀ ਹੈ, ਉਸ ਅੱਗ ਦਾ ਸੇਕ 5 ਕਿਲੋਮੀਟਰ ਤੋਂ 2 ਕਿਲੋਮੀਟਰ ਫਿਰ ਤੁਹਾਡੇ ਘਰੇ ਵੀ ਆਉਣਾ ਹੀ ਆਉਣਾ, ਇਸ ਲਈ ਬਚੋ ਜਿੰਨਾ ਬਚ ਸਕਦੇ ਹੋ। ਇੱਕ ਬਾਈ ਜੋਤ, ਜਿਹੜੀ ਗੱਲ ਆਪਾਂ ਹੁਣ ਬੋਲ ਰਹੇ ਹਾਂ ਨਸ਼ੇ ਵਾਲੀ, ਮੈਂ 10 ਸਾਲਾਂ ਨੂੰ ਹਰੇਕ ਪੰਜਾਬੀ ਨੂੰ ਆਪ ਡਾਂਗ ਚੱਕਣੀ ਪੈਣੀ ਹੈ, ਹਜੇ ਤਾਂ ਮੌਕਾ ਹੈ, ਸਾਂਭ ਲਓ, ਅੱਧੀ ਜਵਾਨੀ ਆਪਣੀ ਬਚੀ ਹੋਈ ਹੈ, ਮੁੜ ਕੇ ਫਿਰ ਸਾਂਭਿਆ ਵੀ ਨੀ ਜਾਣਾ, ਕਿਉਂ ਲਗਭਗ ਹਰੇਕ ਹੀ ਗ੍ਰਸਤ ਹੋ ਜਾਊਗਾ। ਹੁਣ ਤਾਂ 90, 91, 85 ਬੋਰਨ ਹਜੇ ਬਚੇ ਹੋਏ ਨੇ, ਯਾਰ ਤਕੜੇ ਨੇ, ਆਹ ਨਵੀਂ ਪੀੜੀ ਜਦੋਂ ਖਤਮ ਹੋ ਗਈ ਫਿਰ ਡਾਂਗ ਚੱਕੇ ਤੋਂ ਵੀ ਨੀ ਕੁਛ ਨਾ, ਫਿਰ ਉੱਤੋਂ ਦੀ ਕੰਮ ਪੈ ਜਾਊਗਾ। ਬਿਲਕੁਲ ਬਿਲਕੁਲ, ਸਰਕਾਰ ਇਸ ਮਸਲੇ ਤੇ ਧਿਆਨ ਦੇਵੇ, ਅਤੇ ਜਿਹੜੇ ਬੰਦੇ ਪੰਜਾਬ ਲਈ ਬੋਲਦੇ ਨੇ ਯਾਰ, ਇਹ ਕੋਈ ਤੁਹਾਡੇ ਦੁਸ਼ਮਣ ਨਹੀਂ ਹੈ, ਇਹ ਤੁਹਾਨੂੰ ਸੱਚ ਦਿਖਾਉਂਦੇ ਨੇ, ਸ਼ੀਸ਼ਾ ਦਿਖਾਉਂਦੇ ਨੇ, ਕਿਰਪਾ ਕਰਕੇ ਇਹਨਾਂ ਸ਼ੀਸ਼ਿਆਂ ਵਿੱਚ ਆਪਣੇ ਮੂੰਹ ਜ਼ਰੂਰ ਦੇਖੋ। ਆਪਣੇ ਬੰਦੀ ਸਿੰਘਾਂ ਨੂੰ ਕਿੰਨਾ 28-28 ਸਾਲ ਹੋ ਗਏ ਬੰਦ ਕਰਾਉਣ, ਉਹਨਾਂ ਨੇ ਕੋਈ ਪਰਵਾਹ ਨਹੀਂ ਹੈਗੀ, ਇਹਨਾਂ ਨੂੰ ਪਰਵਾਹ ਨਹੀਂ, ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਦੇ ਜ਼ੁਲਮ ਹੁੰਦੇ ਨੇ, ਜਿਹੜਾ ਬੋਲਦਾ ਚੱਕ ਕੇ ਸੁੱਟ ਦਿੰਦੇ ਨੇ ਕਦੇ ਕਿਤੇ ਕਦੇ ਕਿਤੇ, ਹੁਣ ਮੇਰੇ ਵਰਗਿਆਂ ਆਪਾਂ ਨੂੰ ਕੀ ਪਤਾ ਕਿੱਥੇ ਸੁੱਟਣਗੇ ਹਜੇ। ਸਹੀ 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 ਗੱਲ ਆ, ਆਪਾਂ ਆਊਗੀ ਜਾ ਕੇ ਗੁਰੂ ਦੀ ਗੋਦ ਚ ਸਿਰ ਰੱਖ ਕੇ ਸੋਵਾਂਗੇ, ਹਨਾ, ਹਜੇ ਮਹਾਰਾਜ ਨੇ ਬੜੀ ਸੇਵਾ ਲੈਣੀ ਹੈ, ਕੋਈ ਨੀ, ਹਜੇ ਮਹਾਰਾਜ ਨੇ ਸੇਵਾ ਲੈਣੀ ਹੈ। ਮਨ ਦੁਖੀ ਐ ਹੁੰਦਾ ਨਾ ਯਾਰ ਵੀ ਸਰਕਾਰਾਂ ਇੰਨੀਆਂ ਜਾਲਮ ਨੇ, ਬਾਬਾ ਤਾਣੀ ਨੀ ਹਿਲਾਉਂਦਾ, ਉੱਤੋਂ ਤਾਣੀ ਹਿਲਾ ਕੇ ਪਾ ਦੇ, ਹੁਣ ਜਦੋਂ ਕਹਿੰਦੇ ਭਾਈ ਤਾਰੂ ਸਿੰਘ ਦੀ ਖੋਪੜੀ ਕੱਟੀ, ਜਿਹਨੇ ਕੱਟੀ ਜਹਾਂਗੀਰ ਸੀਗਾ ਕਿ ਕੌਣ ਸੀਗਾ, ਉਹਦੇ ਕਹਿੰਦੇ ਮੂਤ ਦਾ ਬੰਨ ਪੈ ਗਿਆ, ਜਦੋਂ ਮੂਤ ਦਾ ਬੰਨ ਪੈ ਗਿਆ ਉਹਨੂੰ ਕਾਜੀ ਕਹਿੰਦੇ ਤੇਰੇ ਉਹਦੇ ਜੋੜੇ ਮਰਵਾ ਸਿਰ ਚ, ਜਦੋਂ ਉਹਦੇ ਭਾਈ ਤਾਰੂ ਸਿੰਘ ਦੇ ਜੋੜੇ ਮਰਵਾਇਆ ਕਰੇ, 20-25 ਉਹਨੂੰ ਆਇਆ ਕਰੇ, ਸਵਾ ਦੋ ਕਿਹਾ ਕਰੇ, ਹੋਰ ਮਾਰੋ ਹੋਰ ਮਾਰੋ ਹੋਰ ਮਾਰੋ, ਇਹੋ ਜਿਹਾ ਕੋਈ ਭਾਣਾ ਵਰਤਾ ਦੇ ਜਾਲਮਾਂ ਤੇ। ਕੋਈ ਨੀ, ਮਾਲਕ ਦੇ ਘਰੇ ਦੇਰ ਹੈ, ਅੰਧੇਰ ਨੀ, ਹੌਲੀ ਹੌਲੀ ਸਭ ਕੁਛ ਹੋਊਗਾ, ਪਾਪ ਦਾ ਨਾਸ ਹੋਣਾ ਹੀ ਹੈ, ਇੱਥੇ ਕੋਈ ਸਮੇਂ ਦਾ ਚੱਕਰ ਹੈ, ਇਸ ਲਈ ਸਮਾਂ ਆ ਜੂ। ਕਹਿ ਦਿੰਦੇ ਆ
ਵੀ ਆ ਠੰਡ ਚ ਪਹਿਲਾਂ ਗੁਰੂ ਗੋਬਿੰਦ ਸਿੰਘ ਨਾਲ ਕੀ ਕੁਛ ਜ਼ੁਲਮ ਹੋਏ, ਸਾਡੇ ਸ਼ਹੀਦ ਸਿੰਘਾਂ ਨਾਲ ਕੀ ਕੁਛ ਜ਼ੁਲਮ ਹੋਏ, ਜਾਂ ਪਿੱਛੇ ਕੀ ਜ਼ੁਲਮ ਹੁੰਦੇ ਨੇ, ਉਹੀ ਜ਼ੁਲਮ ਅੱਜ ਹੋ ਰਹੇ ਨੇ। ਉਵੇਂ ਜਿਵੇਂ ਦਾੜੀਆਂ ਪੱਟੀਆਂ ਜਾ ਰਹੀਆਂ, ਬੰਦਿਆਂ ਨੂੰ ਸਿਰ ਧੋਣਾ ਮਰੋੜਿਆ ਜਾ ਰਿਹਾ, ਗੈਂਗਸਟਰਾਂ ਨੂੰ ਜਵਾਈਆਂ ਵਾਂਗੂ ਜੇਲ੍ਹ ਚੋਂ ਲਿਆਂਦਾ ਜਾ ਰਿਹਾ। ਕੋਈ ਨੀ, ਮੈਂ ਉਹੀ ਕਹਿ ਰਿਹਾ ਨਾ, ਦੇਖੋ ਆਪਾਂ ਨੇ ਸਿੱਧੂ ਦਾ ਐਗਜ਼ਾਮਪਲ ਆਪਣੇ ਮੂਹਰੇ ਹੈ, ਉਹ ਬੰਦੇ ਨੇ ਕਿਸੇ ਦਾ ਸਰਕਾਰ ਦਾ ਕੀ ਮਾੜਾ ਕੀਤਾ ਜਾਂ ਕਿਸੇ ਦਾ ਲੋਕਾਂ ਦੇ ਪੈਸੇ ਮੜਵਾਏ ਯਾਰ, ਤੇ ਇਹ ਸਮਾਂ ਆਜੂਗਾ। ਕੋਈ ਨੀ, ਬਸ ਜੱਟ ਕੇ ਪਹਿਲਾਂ ਆਪਾਂ 29 ਦੀ ਤਿਆਰੀ ਕਰੀਏ, 29 ਨੂੰ ਉਹਦਾ ਸਾਥ ਦਈਏ, ਆਪਾਂ ਪੂਰਾ ਦੇਵਾਂਗੇ। ਲੋਕਾਂ ਨੂੰ ਵੀ ਪ੍ਰਚਾਰ ਇਸੇ ਕਰਕੇ ਕਰਿਆ ਕਿਉਂ ਫੇਸਬੁੱਕ ਤੇ ਜ਼ਿਆਦਾ ਪ੍ਰਚਾਰ ਮੇਰਾ ਹੋਣ ਨੀ ਦਿੰਦੇ, ਤੁਹਾਨੂੰ ਪਤਾ, ਤੂੰ ਦੇਖ ਹੀ ਲਿਆ ਸਾਰਾ ਕੁਛ ਬੈਨ ਕਰੇ ਹੋਇਆ ਤੇਰਾ ਵੀ, ਤੂੰ ਵੀ ਨੀ ਲਾਈਵ, ਇੱਕੋ ਸੈਟਿੰਗ ਕਰਵਾ ਲਿਆ ਬਾਈ ਤੇਰੀ। ਮੈਂ ਲਾਈਵ ਮੇਰਾ ਪੇਜ 4 ਮਹੀਨੇ ਤੋਂ ਬੰਦ ਆ ਰਿਹਾ, ਇਨਕਮ ਉਹਦੇ ਕਰਕੇ ਬੰਦ ਕੀਤਾ ਹੋਇਆ ਇਹਨਾਂ ਨੇ। ਫੇਰ ਨੀ ਤੂੰ ਜੁਆਇਨ ਕਰ ਸਕਦਾ। ਚਲੋ ਕੋਈ ਗੱਲ ਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।